ਹਾਂਜੀ ਬਾਰਿਸ਼ ਪੈਣ ਲੱਗ ਗਈ, ਸ਼ੇਰ ਇਧਰਲੇ ਪਾਸੇ ਬਾਛੜ ਤੋਂ ਖੜ ਗਿਆ। ਹਾਂਜੀ ਮਰਾਸੀ ਦੂਜੇ ਪਾਸੇ, ਠੀਕ ਹੈ ਜੀ। ਥੋੜੀ ਕੁਛ ਨਹੀਂ ਹੋਇਆ ਤਾਂ ਐਂ ਕਹੀ ਜਾਂਦਾ ਵੀ ਫੌਜਾਂ ਤੇਰੀਆਂ ਜਾਂਦੀਆਂ ਨੇ ਜੀ, ਫੌਜਾਂ ਤੇਰੀਆਂ ਜਾਂਦੀਆਂ ਨੇ। ਅੱਛਾ ਜੀ, ਕੋਈ ਆਪ ਬੀਤੀ ਤੇ ਹੱਡ ਬੀਤੀ ਗੱਲ ਸੁਣਾਓ ਤੁਹਾਡੀ ਆਪਦੀ। ਹਾਂ ਸੁਣਾ ਦਿੰਦੇ ਭਾਈ, ਚੁਟਕਲਾ ਤੁਹਾਨੂੰ ਸੁਣਾਓ ਜੀ। ਇੱਕ ਨਾ ਮਰਾਸੀ ਦੀ ਭਾਈ, ਠੀਕ ਹੈ ਜੀ। ਜਦੋਂ ਮਰਾਸੀ ਦੀ ਨਾ, ਹਾਂਜੀ ਉਹਦੇ ਸੱਤ ਮਰਾਸਣਾਂ ਦੀਆਂ, ਠੀਕ ਹੈ ਜੀ, ਸੱਤ ਵਿਆਹ ਦੇ ਭਾਈ, ਠੀਕ ਹੈ ਜੀ। ਪਾਣ ਦਾ ਕੰਮ ਕਰਦਾ ਹੁੰਦਾ, ਠੀਕ ਹੈ ਜੀ। ਪਾਣ ਦਾ ਪਤਾ ਮੇਰਾ ਪੁੱਤ? ਨਹੀਂ ਪਤਾ ਜੀ। ਪਾਣ ਕਾਸ ਨੂੰ ਕਹਿੰਦੇ ਨੇ, ਜਿਹੜਾ ਉਹ ਅੱਗੇ ਬੁਣਦੇ, ਪਾਣ ਕੁੱਚੀ ਜੀ ਫੇਰਦੇ ਹੁੰਦੇ, ਜਾਣੀ ਮਤਲਬ ਸੂਸਾਤ ਨੂੰ ਜਿਵੇਂ ਪਾਣ ਆ ਗਈ। ਹਾਂਜੀ ਹਾਂਜੀ, ਠੀਕ ਹੈ ਜੀ। ਉਧਰੋਂ ਪਾਣ ਦਾ ਕੰਮ ਕਰਦਾ ਹੁੰਦਾ, ਹਾਂਜੀ ਉਹਨੂੰ, ਉਹ ਜਿਹੜਾ ਪਾਣ ਦਾ ਕੰਮ ਕਰਦਾ ਹੁੰਦਾ ਇੱਕ ਗਿੱਦੜ ਹੁੰਦਾ, ਠੀਕ ਹੈ ਜੀ। ਉਹ ਪਾਣ ਦੇ ਲੈਂਦਾ, ਰੋਜ਼ ਪਤੀਲੇ 'ਚ ਪਾਣ ਖਾ ਜਾਂਦਾ ਸੀ ਗਿੱਦੜ ਜੀ। ਗਿੱਦੜ, ਠੀਕ ਹੈ ਜੀ। ਉਹਨੇ ਸੋਚਿਆ ਵੀ ਗਿੱਦੜ ਰੋਜ਼ ਪਾਣ ਖਾ ਜਾਂਦਾ, ਹਾਂਜੀ, ਵੀ ਯਾਰ ਆਪਣੇ ਸੱਤ ਵਿਆਹ ਨੇ, ਸੱਤ ਘਰ ਵਾਲੀਆਂ ਨੇ, ਵੀ ਇੱਕ ਦੀ ਇੱਕ ਦਿਨ ਵਾਰੀ ਲਾ ਦਿਆ ਕਰਾਂਗੇ, ਸੱਤਵੇਂ ਦਿਨ ਵਾਰੀ ਆ ਜਾਇਆ ਕਰੂ, ਠੀਕ ਹੈ ਜੀ। ਉਹ ਕਹਿੰਦਾ ਭਾਗਵਾਨ ਨੇ ਗੱਲ ਸੁਣ ਲਿਆ, ਗਿੱਦੜ ਪਾਣ ਖਾ ਜਾਂਦਾ, ਹਾਂਜੀ ਤੇਰੀ ਵਾਰੀ ਲਾਤੀ, ਹਾਂਜੀ ਸੱਤਵੇਂ ਦਿਨ ਵਾਰੀ ਆਇਆ ਕਰੂ, ਹਾਂਜੀ। ਉਹ ਕਹਿੰਦੀ ਠੀਕ ਆ, ਠੀਕ ਹੈ। ਹੁਣ ਤੈਨੂੰ ਪਤਾ ਵੀ ਰਾਤ ਨੂੰ ਬੁੜੀਆ ਨੀਂਦਾਂ ਦਾ ਆਈ ਜਾਂਦੀ ਆ, ਹਾਂਜੀ ਸੋਟਾ ਫੇਰਿਆ ਕਰੇ, ਹਾਂਜੀ ਘੁੱਟ ਕੇ ਮਾਰ ਦਿਆ ਕਰੇ, ਠੀਕ ਹੈ ਜੀ। ਸੱਤੀ ਮਾਰਤੀਆਂ, ਸੱਤੀ ਮਾਰਤੀਆਂ, ਸੱਤੀ ਮਾਰਤੀਆਂ ਭਾਈ, ਸਿਰਫ ਇੱਕ ਪਾਣ ਦੀ ਖਾਤਰ, ਇੱਕ ਪਾਣ ਦੀ ਖਾਤਰ, ਹਾਂਜੀ। ਉਹ ਕਹਿੰਦੀ ਵੀ ਉਹ ਕਹਿੰਦਾ ਵੀ ਅੱਜ ਆਪਾਂ ਰਾਖੀ ਬੈਠਾ, ਹਾਂਜੀ ਵੀ ਹੁਣ ਇਹਨੇ ਘਰ ਵਾਲੀਆਂ ਦਾ ਸੱਤੇ ਮਰਵਾ ਦੀਆਂ, ਠੀਕ ਹੈ ਜੀ। ਰਾਖੀ ਬੈਠਿਆ, ਗਿੱਦੜ ਆਇਆ, ਹਾਂਜੀ ਪਤੀਲੇ 'ਚ ਮੂੰਹ ਪਾ ਲਿਆ, ਠੀਕ ਹੈ ਜੀ। ਉਹਨੇ ਮਾਰਿਆ ਨੂਣ ਘੋਟਣਾ, ਹਾਂਜੀ ਰੱਸਾ ਸਿੱਟ ਲਿਆ ਗਲ 'ਚ, ਠੀਕ ਹੈ ਜੀ। ਉਹ ਕਹਿੰਦਾ ਵੀ ਕੀ ਹੋ ਗਿਆ? ਕਹਿੰਦਾ ਹਜੇ ਕੀ ਹੋ ਗਿਆ ਪੁੱਛਦਾ, ਹਾਂਜੀ ਸੱਤ ਮਰਾਸਣਾਂ ਮਰਵਾ ਦੀਆਂ, ਹਾਂਜੀ ਬੰਦ ਕਰੇ ਪਤੀਲੇ 'ਚ ਸਿੱਟ ਲਿਆ ਉਹਨੇ। ਹਾਂ ਉਹਨੇ ਭਾਈ ਉਹਨੇ ਕਿਹਾ ਉਹ ਸੱਤੇ ਹੀ ਮਰਵਾ ਦੀਆਂ, ਠੀਕ ਹੈ ਜੀ, ਵੀ ਅੱਜ ਆਪਾਂ ਜਾਗਦੇ ਰਹੀਏ, ਹਾਂਜੀ। ਉਹ ਭਾਈ ਜਦੋਂ ਗਿੱਦੜ ਪਾਣ ਖਾਣ ਆਇਆ, ਹਾਂਜੀ ਉਹਨੇ ਫੜ ਲਿਆ, ਠੀਕ ਹੈ, ਯਾਦ ਆ ਗਈ ਸਾਰੀ। ਫਿਰ ਉਹ ਫੜ ਲਿਆ, ਹਾਂਜੀ ਉਹ ਕਹਿੰਦਾ ਵੀ ਉਹ ਤਾਂ ਮੇਰੇ ਸੱਤ ਘਰ ਵਾਲੀਆਂ ਮਰਵਾ ਦੀਆਂ, ਹਾਂਜੀ। ਉਹ ਕਹਿੰਦਾ ਯਾਰ ਤੇਰੀ ਮੇਰੀ ਦੋਸਤੀ, ਹਾਂਜੀ ਵੀ ਤੈਨੂੰ ਮੈਂ ਰਾਜੇ ਟੋਡਰ ਮਾਰੇ ਦੀ ਕੁੜੀ ਦਾ ਰਿਸ਼ਤਾ ਕਰਾ ਦੇਣਾ, ਠੀਕ ਹੈ ਜੀ। ਉਹਨੇ ਕਿਹਾ ਵੀ ਕੋਈ ਗੱਲ ਨਹੀਂ ਯਾਰ, ਵੀ ਰਾਜੇ ਟੋਡਰ ਮਾਲ ਦੀ ਕੁੜੀ ਦਾ ਰਿਸ਼ਤਾ ਕਰਾਉਂਦਾ, ਹਾਂਜੀ ਵੀ ਆਪਾਂ ਗੱਲ ਮੰਨ ਲੈਂਦੇ ਹਾਂ। ਉਹ ਕਹਿੰਦਾ ਵੀ ਠੀਕ ਆ, ਕਿਉਂ ਅੱਗੇ ਜਿਹੜਾ ਰਿਸ਼ਤਾ ਹੁੰਦਾ ਆਮ ਲੋਕ ਲੈ ਲੂ ਜਾਂਦੇ ਹੁੰਦੇ, ਜਿਵੇਂ ਆਪਣੀ ਲਾਗੀ ਲਾ ਲਓ, ਉਹ ਲਾ ਲਓ ਵੀ ਭਾਈ ਰਿਸ਼ਤਾ ਕਰਾਤਾ, ਉਹ ਕਰਾਤਾ, ਠੀਕ ਹੈ ਜੀ। ਕਿਉਂ ਸਤਯੁਗ ਸੀਗਾ, ਸਤਯੁਗ ਸੀਗਾ ਜੀ। ਚਲੋ ਜੀ, ਉਹ ਕਹਿੰਦਾ ਵੀ ਰਾਜੇ ਟੋਡਰ ਮੱਲ ਦੀ ਕੁੜੀ ਦਾ ਰਿਸ਼ਤਾ ਕਰਾ ਦਿੰਦੇ ਹਾਂ, ਠੀਕ ਹੈ ਜੀ। ਹੁਣ ਦੇਖ ਲਓ ਉੱਧਰ ਮਰਾਸੀ, ਹਾਂਜੀ ਉੱਧਰ ਗਿੱਦੜ, ਹਾਂਜੀ ਬਾਹ ਦੁਨਾਂ ਦਾ ਪੈ ਗਿਆ, ਠੀਕ ਹੈ ਜੀ। ਉਹ ਭਾਈ ਰਾਜੇ ਕੋਲੇ ਵਾ ਗਿਆ, ਹਾਂਜੀ ਰਾਜੇ ਦਾ ਮੇਰੇ ਹੁਣ ਨਾਂ ਨਹੀਂ ਯਾਦ ਆਉਂਦਾ, ਚਲੋ ਰਾਜੇ ਕੋਲੇ ਵਗ ਗਿਆ। ਰਾਜੇ ਨੂੰ ਕਹਿੰਦਾ ਵੀ ਰਾਜਾ ਟੋਡਰ ਮੱਲ ਸੀਗਾ, ਠੀਕ ਹੈ ਜੀ। ਕਹਿੰਦਾ ਵੀ ਫਲਾਨਾ ਰਾਜਾ ਤੇਰੀ ਕੁੜੀ ਦਾ ਡੋਲਾ ਮੰਗਦਾ, ਠੀਕ ਹੈ ਜੀ। ਉਹ ਕਹਿੰਦਾ ਯਾਰ ਜੇ ਉਹ ਰਾਜਾ ਮੇਰੀ ਕੁੜੀ ਦਾ ਡੋਲਾ ਮੰਗਦਾ ਧੰਨ ਧੰਨ ਹੋ ਗਈ, ਠੀਕ ਹੈ ਜੀ ਮੇਰੀ। ਹਾਂ ਹਾਂਜੀ, ਅੱਗੇ ਨਾ ਸਿਆਣੇ ਬੁੜੇ ਬਜ਼ੁਰਗ ਦੱਸਦੇ ਆ, ਆਪਣਾ ਰਾਣੇਦਾਰ ਵੀ ਦੱਸਦਾ, ਠੀਕ ਹੈ, ਆਪਣੇ ਇੱਧਰ ਲਾਣੇ ਬਜ਼ੁਰਗਾਂ ਨੂੰ ਪਤਾ ਹੈਗਾ, ਹਾਂਜੀ ਅੱਗੇ ਬਰਾਤ 3 ਦਿਨ ਰਹਿੰਦੀ ਹੁੰਦੀ, ਠੀਕ ਹੈ ਜੀ। ਉਹ ਕਹਿੰਦਾ ਵੀ ਠੀਕ ਆ, ਹੁਣ ਮਰਾਸੀ ਨੂੰ ਫਿਕਰ ਲੱਗ ਗਿਆ ਵੀ ਯਾਰ ਆਪਾਂ ਬਰਾਤ ਕਿੱਥੋਂ ਲੈ ਕੇ ਜਾਈਏ, ਠੀਕ ਹੈ ਜੀ। ਉਹ ਕਹਿੰਦਾ ਵੀ ਬਰਾਤ ਵੀ ਲਿਜਾਣੀ ਪਊ, ਵੀ ਤੈਨੂੰ ਉਹ ਕਹਿੰਦਾ ਉਹ ਤੂੰ ਕਿਉਂ ਚੁੱਕੀ ਜਾਂਦਾ, ਹਾਂਜੀ। ਉਹ ਕਹਿੰਦਾ ਓਏ ਮੈਂ ਬਰਾਤ ਲੈ ਕੇ ਜਾਣੀ ਆ, ਹਾਂਜੀ। ਉਹ ਕਹਿੰਦਾ ਬਰਾਤ ਲੈ ਕੇ ਜਾਣੀ ਆ, ਫਿਰ ਬਰਾਤ ਤਾਂ ਵਗ ਜੂ। ਉਹ ਕਹਿੰਦਾ ਬਾ ਕਿੱਥੋਂ ਜਾਊ, ਹਾਂਜੀ ਮੇਰੇ ਤਾਂ ਕੋਈ ਅੱਖ ਹੀ ਨਹੀਂ ਲੱਗਦਾ,
ਠੀਕ ਹੈ ਜੀ। ਮੈਂ ਮਰਾਸ ਕਿੱਥੋਂ ਰਹਿ ਕੇ ਜਾਊਂ? ਉਹ ਕਹਿੰਦਾ ਐਂ ਕਰ ਓਏ ਮਰਾਸੀਆ, ਰੂੜੀਆਂ ਤੋਂ ਲੀਰਾਂ ਇਕੱਠੀਆਂ ਕਰ ਲਾ। ਠੀਕ ਹੈ ਜੀ। ਉਹਨਾਂ ਨੇ ਭਾਈ ਲੀਰਾਂ ਇਕੱਠੀਆਂ ਕਰ ਲਈਆਂ। ਹਾਂਜੀ। ਕਰੀਆਂ ਉਹ ਕਹਿੰਦਾ ਵੀ ਗੱਲ ਸੁਣਦਾ, ਰਾਹ ਦੇ ਵਿੱਚ ਇੱਕ ਨਦੀ ਆਉਂਦੀ ਆ, ਹਾਂਜੀ, ਉਹਦੇ ਵਿੱਚ ਪੰਡਾ ਖੋਲਦੀ। ਠੀਕ ਹੈ ਜੀ। ਮਰਾਸੀ ਨੇ ਕਿਹਾ ਵੀ ਠੀਕ ਆ। ਉਹ ਭਾਈ ਜਿੱਦਾਂ ਵਿਆਹ ਦਾ ਦਿਨ ਆ ਗਿਆ, ਹਾਂਜੀ, ਰਾਹ ਦੇ ਵਿੱਚ ਗਏ, ਉਹ ਨਦੀ ਦੇ ਵਿੱਚ ਪੰਡਾਂ ਖੋਲਤੀਆਂ। ਠੀਕ ਹੈ ਜੀ। ਪੰਡਾਂ ਖੋਲੀਆਂ ਵੀ, ਉਹ ਕਹਿੰਦੇ ਵੀ ਕੀ ਹੋ ਗਿਆ? ਹਾਂਜੀ। ਕਹਿੰਦੇ ਜੀ ਮੌਜ ਨਾਲ ਬਰਾਤ ਆਉਂਦੀ ਜੀ, ਨਦੀ 'ਚ ਗੱਡੀ ਪਲਟ ਗਈ। ਨਦੀ 'ਚ ਗੱਡੀ ਪਲਟ ਗਈ ਵੀ, ਗੱਡੀਆਂ ਪਲਟ ਗਈਆਂ ਵੀ, ਤਾਂ ਹੁਣ ਤੇਰੇ ਜਾਂਦੇ ਨੇ ਤੇ ਕਾਕਾ ਬਚ ਗਿਆ। ਠੀਕ ਹੈ ਜੀ। ਕਾਕੇ ਨੇ ਹੁਣ ਭਾਈ ਬਾਰਾ ਗੁਰਾ ਮਾਰ ਕੇ ਮਰਾਸੀ ਹੁਣ ਲਬੇੜ ਕੇ ਖੜਾ ਤਾ। ਉਹ ਕਹਿੰਦੇ ਵੀ ਚਲੋ, ਉਹ ਕਹਿੰਦੇ ਛੋਕਰਾ ਕਾਕਾ ਬਚ ਗਿਆ। ਉਹ ਕਹਿੰਦੇ ਜੀ ਕਾਕਾ ਆਉਣ ਵਾਲਾ ਨੀ ਹੈਗਾ ਵੀ, ਕਾਕਾ ਤਾਂ ਕਾਕੇ ਦੇ ਕੱਪੜੇ ਲੀੜੇ ਪਾੜ ਕੇ ਬੁਰਾ ਹਾਲ ਹੋ ਗਿਆ। ਉਹ ਕਹਿੰਦੇ ਵੀ ਕਾਕਾ ਬਚ ਗਿਆ। ਕਹਿੰਦੇ ਜੀ ਕਾਕਾ ਵਰਦੀ ਵੁਰਦੀ ਬਿਨਾਂ ਕਿਵੇਂ ਆਊ? ਵੀ ਕਾਕਾ ਤਾਂ ਕਦ ਲੈ ਆਓ, ਲੈ ਆਓ। ਹਾਂਜੀ। ਆਖੇ ਜੀ ਕਾਕਾ ਤਾਂ ਆਉਣ ਵਾਲਾ ਹੈ ਨੀ। ਅੱਛਾ ਜੀ। ਹੁਣ ਰਾਜਿਆਂ ਦਾ ਅੱਗੇ ਮਤਲਬ ਕੀ ਹੁੰਦਾ ਵੀ, ਮਤਲਬ ਉਹਨੇ ਰਾਜਿਆਂ ਵਾਲੇ ਘੋੜੇ ਭੇਜਤੇ, ਹਾਂਜੀ, ਵਰਦੀਆਂ ਭੇਜਤੀਆਂ, ਨਹਾਉਣ ਧੋਣ ਸਮਾਨ, ਮਰਾਸੀ ਨਵਾ ਧਵਾ ਕੇ ਪਾਤੀ ਵਰਦੀ, ਲਵੇ ਲਾਏ ਘੋੜੇ, ਉਹਦਾ ਬਣ ਗਿਆ ਰਾਜਾ। ਜਦੋਂ ਵਰਦੀ ਡੋਗਲੀ, ਵਰਦੀ ਡੋਗਲੀ, ਰਾਜਾ ਕਹਿੰਦਾ ਵੀ ਰਾਜਾ ਹੀ ਬਣ ਗਿਆ, ਰਾਜੇ ਦੇ ਮਹਿਲਾਂ ਚ ਵੱਗ ਗਏ। ਠੀਕ ਹੈ ਜੀ। ਜਦੋਂ ਮਤਲਬ ਰਾਜੇ ਦੇ ਮਹਿਲਾਂ ਚ ਗਏ ਵੇ, ਉਹ ਆਥਣੇ ਹੁਣ ਦੇਖ ਲਓ ਆਪਾਂ ਨੂੰ, ਚਲੋ ਖਾਣੇ ਪੀਣੇ ਨੀਂਦ ਆਉਂਦੀ ਆ। ਹਾਂਜੀ। ਜਦੋਂ ਮੈਂ ਸਾਰਾ ਕੁਝ ਰੋਟੀਆਂ ਰਾਟੀਆਂ ਖਾ ਕੇ ਪੈ ਗਏ, ਹਾਂਜੀ, ਮਰਾਸੀ ਨੂੰ ਸੁਪਨਾ ਆ ਗਿਆ। ਉਹ ਲਾ ਗਿਆ ਕਹਿਣ ਗਿੱਦੜ ਪਾਣ ਖਾ ਗਿਆ ਜੀ, ਗਿੱਦੜ ਪਾਣ ਖਾ ਗਿਆ ਜੀ, ਗਿੱਦੜ ਪਾਣ ਖਾ ਗਿਆ। ਉਹ ਕਹਿੰਦੇ ਵੀ ਇਹਨੂੰ ਕੀ ਹੋ ਗਿਆ? ਉਹ ਕਹਿੰਦੇ ਜੀ ਕੁਛ ਨੀ ਹੋਇਆ, ਤਾਂ ਐਂ ਕਹੀ ਜਾਂਦਾ ਵੀ ਫੌਜਾਂ ਤੇਰੀਆਂ ਜਾਂਦੀਆਂ ਨੇ ਜੀ, ਫੌਜਾਂ ਤੇਰੀਆਂ ਜਾਂਦੀਆਂ ਨੇ, ਫੌਜਾਂ ਤੇਰੀਆਂ ਜਾਂਦੀਆਂ ਨੇ, ਫੌਜਾਂ ਤੇਰੀਆਂ ਜਾਂਦੀਆਂ ਨੇ। ਕਹਿੰਦੇ ਚਲੋ ਕੋਈ ਗੱਲ ਨੀ। ਉਹ ਉੱਠ ਕੇ ਗਿੱਦੜ ਮਰਾਸੀ ਨੂੰ ਕਹਿੰਦਾ, ਕਹਿੰਦਾ ਉਹ ਦੋ ਦਿਨ ਜਾਗਦਾ ਸਾਰ ਲਾ, ਨਾਲੇ ਤੂੰ ਮਾਰਿਆ ਜਾਵੇਂਗਾ, ਨਾਲੇ ਤੂੰ ਤੈਨੂੰ ਮਾਰਨਗੇ, ਨਾਲੇ ਮੈਨੂੰ ਮਾਰਨਗੇ। ਠੀਕ ਹੈ ਜੀ। ਉਹ ਕਹਿੰਦਾ ਯਾਰ ਮੈਂ ਹੁਣ ਕੀ ਕਰਾਂ ਵੀ, ਜਦੋਂ ਸੁਪਨੇ ਹੀ ਹੈ ਆ ਜਾਂਦਾ। ਚਲੋ ਜੀ ਜਾਗਦੇ ਬੀਤੇ ਉਹਨਾਂ ਨੇ, ਹਾਂਜੀ, ਕੁੜੀ ਦਾ ਸਾਰਾ ਰਿਸ਼ਤਾ ਰੁਸ਼ਤਾ ਕਰਤਾ। ਠੀਕ ਹੈ ਜੀ। ਕੁੜੀ ਨੂੰ ਪਤਾ ਲੱਗ ਗਿਆ ਮੇਰਾ ਸਿਰ ਵੀ ਇਹ ਮਰਾਸੀ ਹੈ। ਦੱਸਿਆ ਜੀ, ਕੁੜੀ ਨੇ ਪਰਖ ਕਰ ਲਈ, ਕੁੜੀ ਨੇ ਪਰਖ ਕਰ ਲਈ ਵੀ ਇਹ ਰਾਜਾ ਟੋਡਰ ਮਾਲ ਕਿੱਥੇ ਆਇਆ, ਤਾਂ ਮਰਾਸੀ ਹੈ। ਠੀਕ ਹੈ ਜੀ। ਉਹ ਆਪਦੇ ਪਿਓ ਨੂੰ ਕਹਿੰਦੀ, ਹਾਂਜੀ, ਕਹਿੰਦੀ ਵੀ ਮੈਂ ਤੇਰੇ ਕੰਨਿਓ ਮਰ ਗਈ, ਤੂੰ ਮੇਰੇ ਕੰਨਿਓ ਮਰ ਗਿਆ। ਦੱਸਿਆ ਜੀ। ਜਦੋਂ ਵਿਆਹ ਤੀ, ਉਹ ਜਿਹੜੀਆਂ ਫੌਜਾਂ ਤੀਆਂ ਉਹ ਕਹਿੰਦੀਆਂ ਜੀ, ਮਤਲਬ ਵੀ ਆਪਣੀ ਗੁੱਡੀ ਨੇ ਕਿਹਾ ਵੀ ਤੂੰ ਇਹਦੇ ਕੰਨਿਓ ਮਰ ਗਿਆ, ਮੈਂ ਤੇਰੇ ਕੰਨਿਓ ਮਰ ਗਈ, ਇਹ ਤੇਰੇ ਕੰਨਿਓ ਮਰ ਗਈ। ਉਹ ਕਹਿੰਦਾ ਐਡੇ ਵੱਡੇ ਰਾਜੇ ਨੂੰ ਵਿਆਹ ਤੀ, ਆਪਾਂ ਤਾਂ ਗੱਲ ਹੀ ਕੁਛ ਨੀ, ਹੁਣ ਤਾਂ ਇਹਨੇ ਕਹਿਣਾ ਹੀ ਆ ਵੀ ਮੈਂ ਤੇਰੇ ਕੰਨਿਓ ਮਰ ਗਈ, ਤੂੰ ਇਹਦੇ ਕੰਨਿਓ ਮਰ ਗਈ। ਚਲੋ ਜੀ, ਮੌਜ ਨਾਲ ਵਿਆਹ ਵੂਹ ਕੇ ਲਈ ਆਉਂਦੇ ਨੇ। ਠੀਕ ਹੈ ਜੀ। ਜਦੋਂ ਨਹੀਂ ਆਉਂਦੇ ਉਹ ਮਰਾਸੀ ਕਹਿੰਦਾ, ਕਹਿੰਦਾ ਗੱਲ ਸੁਣ ਲਾ ਭਾਗ ਮਾਨੇ, ਹਾਂਜੀ, ਵੀ ਜਦੋਂ ਅਸੀਂ ਕੁੜੀ ਨੂੰ ਵਿਆਹ ਕੇ ਲੈ ਕੇ ਆਉਂਦੇ ਹਾਂ, ਇੱਕ ਰਾਤ ਅਸੀਂ ਮਰਾਸੀਆਂ ਦੇ ਘਰੇ ਕੱਢਦੇ, ਵੀ ਉਦੋਂ ਬਾਅਦ ਅਸੀਂ ਆਪਦੇ ਮਹਿਲਾਂ 'ਚ ਜਾਂਦੇ ਹਾਂ। ਹਾਂਜੀ। ਠੀਕ ਆ। ਚਲੋ ਜੀ, ਘਰੇ ਆ ਗਈ, ਮਰਾਸੀ ਦੀ ਛੱਪਰੀ 'ਚ ਛੱਡਤੀ। ਹਾਂਜੀ। ਉਹ ਕਹਿੰਦੀ ਵੇ ਮਰਾਸੀ ਆ, ਤੂੰ ਕੋਈ ਕੰਮ ਜਾਣਦਾ? ਕਹਿੰਦਾ ਆਹੀ ਭਾਗਵਾਨ ਨੇ ਮਾੜਾ ਮੋਟਾ ਪਾਣ ਪੂਣ ਦਾ ਕਰ ਲੈਂਦੇ ਹਾਂ। ਕਹਿੰਦੇ ਫਿਰ ਪਾਣ ਪੂਣ ਦਾ ਕੰਮ ਚਲਾ ਕੇ ਜੱਕਾ ਰੋੜੀ ਜਾ, ਹੁਣ ਤਾਂ ਦੀਦੇ ਹੀ ਆ ਕਿਵੇਂ ਫਸ ਗਏ। ਉਦੋਂ ਬਾਅਦ ਨਾ ਰਾਜੇ ਅੱਗੇ ਭੋਲੇ ਹੁੰਦੇ ਭਾਈ। ਠੀਕ ਹੈ। ਜਾਣੀ ਆਪਾਂ ਸੁਣਦੇ ਹੀ ਹਾਂ ਵੀ ਰਾਜੇ ਭੋਲੇ ਹੁੰਦੇ। ਉੱਥੇ ਨਾ
ਜਦੋਂ ਇਹ ਵਿਆਹ ਤਾਂ ਮਤਲਬ ਖਰਚਾ ਪਾਣੀ ਤੁਰਨ ਲੱਗ ਗਿਆ, ਉਦੋਂ ਬਾਅਦ ਕੀ ਕਹਿਣ ਲੱਗ ਗਏ ਵੀ ਮਤਲਬ ਇਹ ਨਾ ਖੇਤ ਦੇ ਵਿੱਚ ਵੱਗ ਗਿਆ। ਹੁਣ ਗੱਲ ਪੂਰੀ ਜਮ੍ਹਾਂ ਲਾ ਦਿਓ, ਧਿਆਨ ਨਾਲ ਸੁਣ ਲਓ ਵੀ ਮਤਲਬ ਫਸ ਗਈ ਰੀੜ। ਠੀਕ ਹੈ। ਉਹ ਨਾ ਜਦੋਂ ਭਾਈ ਖੇਤ 'ਚ ਵੱਗ ਗਏ, ਖੱਡ ਦੇ ਵਿੱਚ ਪਾਣੀ ਪੈਣ ਲੱਗ ਗਿਆ, ਚੂਹਾ ਨਿਕਲਿਆ ਕਰੇ ਮਰਾਸੀ ਕਣ 'ਤੇ ਡੰਡਾ ਮਾਰਿਆ ਕਰੇ। ਠੀਕ ਹੈ। ਚੂਹਾ ਨਿਕਲਿਆ ਕਰੇ ਮਰਾਸੀ ਕਣ 'ਤੇ ਡੰਡਾ ਮਾਰਦਾ ਕਰੇ, ਪੰਜ ਚੂਹੇ ਨਿਕਲੇ। ਹਾਂਜੀ। ਉਹਨੇ ਚੱਕੇ ਭਾਈ ਘਰੇ ਲਿਆ ਆ, ਕਹਿੰਦਾ ਭਾਗ ਮਾਨਿਆ ਮੈਂ ਪੰਜ ਮਾਰਤੇ। ਉਹਨੇ ਕਿਹਾ ਵੀ ਮੈਂ ਰਾਜੇ ਦੀ ਕੁੜੀ ਆ, ਵੀ ਰਾਜਾ ਨੂੰ ਡੰਨ ਦੇ ਦੂ, ਮਾਰ ਦੂ, ਬਾਹਾ ਲਾ ਦੂ, ਆਹ ਲਾ ਦੂ, ਵੀ ਮੈਂ ਆਪਦੇ ਘਰੇ ਵਗ ਦੂ। ਕਹਿੰਦੀ ਤੂੰ ਚੱਕ ਰਾਜੇ ਕੋਲੇ ਲੈ ਜਾ, ਵੀ ਉੱਥੇ ਕਹਿ ਦੀ ਵੀ ਮੈਂ ਪੰਜ ਚੂਹੇ ਮਾਰਤੇ। ਠੀਕ ਹੈ ਜੀ। ਉਹਨੇ ਪੰਜੇ ਚੂਹੇ ਜਾ ਕੇ ਰਾਜੇ ਦੇ ਮੂਹਰੇ ਰੱਖਤੇ। ਠੀਕ ਹੈ। ਉਹ ਕਹਿੰਦਾ ਭਾਈ ਅੱਜ ਤੋਂ ਬਾਅਦ ਤੂੰ ਪੰਜ ਮਾਰਕਾ ਬਣ ਗਿਆ। ਹਾਂਜੀ। ਵੀ ਤਾਂ ਪੰਜ ਚੂਹੇ ਫੜ ਲਏ, ਪੰਜ ਮਾਰਕਾ ਬਣ ਗਿਆ। ਉਹਦਾ ਨਾਮ ਦਿੱਤਾ। ਹਾਂਜੀ। ਰਾਜੇ ਨੇ ਭਾਈ। ਠੀਕ ਹੈ। ਉਹ ਕਹਿੰਦਾ ਵੀ ਆਹ ਪਤਾ ਨਹੀਂ ਹਨੇਰ ਚ ਹੀ ਫਿਰਦੇ ਤੇ, ਵੀ ਪੰਜ ਮਾਰਕਾ ਬਣ ਗਿਆ। ਉਦੋਂ ਬਾਅਦ ਉੱਥੇ ਨਾ ਇੱਕ ਜੰਗਲ ਦੇ ਵਿੱਚੋਂ ਸ਼ੇਰ ਪੈਂਦਾ ਹੁੰਦਾ ਪਿੰਡ 'ਚ। ਠੀਕ ਹੈ। ਸ਼ੇਰ ਬਹੁਤ ਨੁਕਸਾਨ ਕਰਦਾ ਹੁੰਦਾ। ਹਾਂਜੀ। ਇੱਕ ਜੰਗਲ ਦੇ ਵਿੱਚ ਬੁੱਢੀ ਰਹਿੰਦੀ ਹੁੰਦੀ। ਠੀਕ ਹੈ। ਉਹ ਕਹਿੰਦਾ ਭਾਗਵਾਨ ਨੇ ਪਹਿਲਾਂ ਪੰਜ ਚੂਹੇ ਜੇ ਫੜ ਲਏ, ਜਾਂ ਕੋਈ ਜੰਗਲ ਜੰਗਲ ਦੇ ਵਿੱਚ ਕੋਈ ਸ਼ੇਰ ਸ਼ੂਰ 'ਚ ਆਉਂਦਾ। ਉਹ ਕਹਿੰਦੀ ਜਾ ਕੇ ਲੱਪੜ ਮਾਰੀ ਕੰਨ 'ਤੇ, ਕੋਈ ਗਧਾ ਗੁਧਾ ਜਿਹਾ ਆ ਜਾਂਦਾ। ਜੇ ਮੈਂ ਹੌਲੀ ਬੋਲ ਪਾ ਬਾਜ ਜਾਊ ਤੇ ਚਲੋ। ਉਹ ਕਹਿੰਦੀ ਵੀ ਥੱਪੜ ਮਾਰੀ ਜਾ ਕੇ, ਕੋਈ ਥੱਪੜ ਮਾਰੀ ਜਾ ਕੇ ਕਹਿੰਦੀ ਗਧਾ ਜਿਹਾ ਹੁੰਦਾ ਉਹਨੂੰ ਫੜ ਲਈ। ਚਲੋ ਭਾਈ ਹੁੰਦੀ ਹੋਣ ਦੀ ਗੱਲ। ਉੱਥੇ ਨਾ ਜੰਗਲ ਦੇ ਵਿੱਚ ਇੱਕ ਬੁੜੀ ਰਹਿੰਦੀ ਹੁੰਦੀ। ਠੀਕ ਹੈ। ਉਹਦੀ ਥੋੜ੍ਹੀ ਜਿਹੀ ਕੋਠੀ ਪਾਈ ਬੀਤੀ ਹੈ। ਠੀਕ ਹੈ। ਕਣੀਆਂ ਪੈਣ, ਮਰਾਸੀ ਵੀ ਵੱਗ ਗਿਆ ਉੱਥੇ। ਠੀਕ ਹੈ। ਸ਼ੇਰ ਵੀ ਵੱਗ ਗਿਆ ਉੱਥੇ ਉਹਦੇ ਕੋਲੇ ਜੀ, ਬੁੜੀ ਦੇ ਕੋਲੇ। ਬਾਰਿਸ਼ ਪੈਣ ਲੱਗ ਗਈ, ਸ਼ੇਰ ਇੱਧਰਲੇ ਪਾਸੇ ਬਾਸੜ ਤੋਂ ਖੜ ਗਿਆ। ਹਾਂਜੀ। ਮਰਾਸੀ ਦੂਜੇ ਪਾਸੇ। ਠੀਕ ਹੈ ਜੀ। ਥੋੜ੍ਹੀ ਜਿਹੀ ਬਾਸੜ ਪੈਂਦੀ ਹੈ, ਖੜ ਗਿਆ। ਹਾਂਜੀ ਹਾਂਜੀ। ਬਾਰਿਸ਼ ਪੈਣ ਲੱਗ ਗਈ, ਸ਼ੇਰ ਇੱਧਰਲੇ ਪਾਸੇ ਬਾਸੜ ਤੋਂ ਖੜ ਗਿਆ। ਹਾਂਜੀ। ਮਰਾਸੀ ਦੂਜੇ ਪਾਸੇ। ਠੀਕ ਹੈ ਜੀ। ਥੋੜ੍ਹੀ ਜਿਹੀ ਬਾਸੜ ਪੈਂਦੀ ਹੈ, ਖੜ ਗਿਆ। ਹਾਂਜੀ। ਜਦੋਂ ਦੋਨੇ ਖੜੇ, ਜਦੋਂ ਕਣੀਆਂ ਪੈਣ ਲੱਗ ਗਈਆਂ, ਕੁੱਲੀ ਚੂਣ ਲੱਗ ਗਈ। ਠੀਕ ਹੈ ਜੀ। ਕੁੱਲੀ ਪਤਾ ਮੇਰਾ ਪੁੱਤ ਕੀ ਹੁੰਦੀ? ਕੁੱਲੀ ਜਿਵੇਂ ਕਹਿ ਦਿੰਦੇ ਆ ਝੌਂਪੜੀ ਜੀ। ਉਹ ਬੁੜੀ ਬੋਲੀ। ਹਾਂਜੀ। ਕਹਿੰਦੀ ਸੱਪ ਤੋਂ ਨਾ ਡਰਾਂ, ਹਾਂ ਸੀ ਤੋਂ ਨਾ ਡਰਾਂ, ਆਹ ਤੁਪਕੇ ਨੇ ਮਾਰੀ। ਠੀਕ ਹੈ ਜੀ। ਤੁਪਕਾ ਪਾਣੀ ਦਾ ਡਿੱਗਦਾ ਤੀ ਬੇਬੇ ਤੇ। ਠੀਕ ਹੈ। ਮਾਈ ਤੇ। ਹਾਂ। ਸ਼ੇਰ ਨੇ ਕਿਹਾ ਵੀ ਨਾ ਤਾਂ ਬੁੜੀ ਸੱਪ ਤੋਂ ਡਰਦੀ ਆ, ਨਾ ਸੀ ਤੋਂ ਡਰਦੇ, ਸੀ ਨਹੀਂ ਆ ਗਈ ਨਾ। ਹਾਂਜੀ। ਵੀ ਨਾ ਇਹ ਤੋਂ ਡਰਦੀ, ਵੀ ਤੁਪਕਾ ਇਹੋ ਜਿਹਾ ਕਿਹੜਾ ਜਾਨਵਰ ਹੋਇਆ ਵੀ ਜਿਹੜੀ ਇਹਨੇ ਮਾਰੀ, ਤੁਪਕਾ ਪਾਣੀ ਦਾ ਡਿੱਗਦਾ ਸੀ ਭਾਈ ਉੱਤੇ। ਠੀਕ ਹੈ ਜੀ। ਸੋਚਣ ਲੱਗ ਗਿਆ ਸ਼ੇਰ ਵੀ ਰਾਹ ਕੀ ਹੋ ਗਿਆ। ਠੀਕ ਹੈ। ਮਰਾਸੀ ਕੰਨੀ ਨੂੰ ਬਾਸੜ ਵੱਧ ਗਈ। ਠੀਕ ਹੈ ਜੀ। ਬਾਸੜ ਵੱਧ ਗਈ। ਉਹਨੇ ਕਿਹਾ ਕਿਉਂ ਭੱਜੀ ਜਾਂਦੇ ਦੂਜੇ ਪਾਸੇ ਹੋ ਜਾਓ। ਜਦੋਂ ਦੂਜੇ ਪਾਸੇ ਹੋਇਆ, ਉੱਧਰ ਸ਼ੇਰ ਖੜਾ। ਉਹਦਾ ਘਰ ਵਾਲੀ ਨੇ ਕਿਹਾ ਤੀ ਗਧਾ ਜਿਹਾ ਹੁੰਦਾ ਕਿਤੇ ਆਹੀ ਤਾਂ ਨਹੀਂ ਖੜਾ। ਠੀਕ ਹੈ। ਵੀ ਗਧਾ ਜਿਹਾ ਹੁੰਦਾ ਵੀ ਆਹੀ ਤਾਂ ਨਹੀਂ ਖੜਾ ਵੀ ਯਾਰ ਇਹ ਤਾਂ ਵਾਕਈ ਉਹ ਆ, ਇਹੀ ਆ, ਉਹਨੇ ਮਾਰਿਆ ਕੰਨ ਤੇ ਲੱਪੜ ਉੱਤੇ ਬਹਿ ਗਿਆ। ਠੀਕ ਹੈ। ਹੁਣ ਸ਼ੇਰ ਨੇ ਕਿਹਾ ਵੀ ਯਾਰ ਸਾਰੇ ਕਾਸੇ ਤੋਂ ਬਚ ਕੇ ਆ ਤੁਪਕਾ ਫਾੜ ਲਏ, ਤੁਪਕੇ ਨੇ ਹਾਂ ਵੀ ਫਾੜ ਲਏ ਤੁਪਕੇ ਨੇ ਵੀ ਆਹ ਤਾਂ ਵੀ ਖਤਰਨਾਕ ਜਾਨਵਰ ਆ ਗਿਆ ਵੀ ਸਾਲਾ ਤੁਪਕੇ ਨੇ ਫਾੜ ਲਏ।
ਚੋਰ ਭਾਈ ਜਿਉਂ ਮਾਰ ਕੇ ਲੱਪੜ ਕੰਨ ਤੇ ਉੱਤੇ ਬੈਠਿਆ ਘਰੇ ਲੈ ਆਇਆ। ਠੀਕ ਹੈ। ਉਹ ਕਹਿੰਦਾ ਨੀ ਭਾਗਵਾਨ ਨੇ ਰੱਥਾ ਜਾ ਰਿਹਾ ਕਦਾ ਜਾ ਫੜ ਲਿਆ ਦਾ, ਉਹਨੇ ਦੇਖਿਆ ਵੀ ਤਾਂ ਸ਼ੇਰ ਫੜ ਲਿਆ। ਉਹਨੇ ਕਿਹਾ ਸ਼ੇਰ ਨੇ ਵੀ ਯਾਰ ਕਿਤੇ ਤੁੱਕਾ ਦੀ ਤੁੱਕੀ ਵੀ ਨਾਲ ਰਲ ਗਈ। ਦੋ ਹੋ ਗਏ ਵੀ ਤਾਂ ਤੁੱਕੀ ਵੀ ਨਾਲ ਮਰ ਗਈ ਯਾਰ, ਅੱਜ ਤਾਂ ਇਹ ਮਾਰਨਗੇ ਮਾਰਨ ਪਾ ਕੇ ਰੱਸਾ ਟਾਲੀ ਨਾ ਮੰਨਤਾ। ਠੀਕ ਹੈ। ਉਹ ਕਹਿੰਦੀ ਐਂ ਕਰ ਤੂੰ ਰਾਜੇ ਜੀ ਆਇਆ ਵੀ ਕਿਹਾ ਨੂੰ ਜੀ ਤੁਹਾਡਾ ਗਧਾ ਜਿਹਾ ਫੜ ਲਿਆ। ਠੀਕ ਹੈ। ਬੜਾ ਤੰਗ ਕਰਦਾ ਉਹ ਰਾਜੇ ਕੋਲੇ ਵਗ ਗਿਆ, ਕਹਿੰਦਾ ਜੀ ਉਹ ਪਤਾ ਨੀ ਕੀ ਆ ਤੁਹਾਡਾ ਗਧਾ ਜਿਹਾ ਫੜ ਲਿਆ ਜੀ। ਰਾਜਾ ਕਹਿੰਦਾ ਵੀ ਫੌਜਾਂ ਨੇ ਕਿਹਾ ਵੀ ਇੱਥੋਂ ਕਿੱਥੋਂ ਇਹ ਉਹ ਫੜ ਲਿਆ ਹੋਊਗਾ। ਉਹ ਕਹਿੰਦਾ ਜਾ ਕੇ ਦੇਖੋ ਤੁਹਾਡਾ ਗਧਾ ਜਿਹਾ ਫੜ ਲਿਆ ਜੀ। ਜਦੋਂ ਫੌਜਾਂ ਨੇ ਆ ਕੇ ਦੇਖਿਆ ਕਹਿੰਦਾ ਯਾਰ ਫਟਾਫਟ ਗੋਲੀਆਂ ਮਰਵਾ। ਉਹਨੂੰ ਕਹਿੰਦਾ ਯਾਰ ਤੈਨੂੰ ਪਹਿਲਾਂ ਤੂੰ ਵੀ ਪੰਜ ਮਾਰਕਾ ਕਿਹਾ ਸੀ, ਮੈਂ ਵੀ ਪੰਜ ਮਾਰਕਾ ਸੀਗਾ ਵੀ ਯਾਰ ਅੱਜ ਤੋਂ ਬਾਅਦ ਮਤਲਬ ਕਰ ਲਾ ਧਰ ਲਈ ਵੀ ਤਨਖਾਹ ਹੀ ਤੇਰੀ ਹੋਊਗੀ। ਠੀਕ ਹੈ ਜੀ। ਉਦੋਂ ਆਪਣੇ ਕੋਲ ਟਾਈਮ ਖੁੱਲ੍ਹਾ ਵੀ ਉਦੋਂ ਬਾਅਦ ਕਹਿੰਦੇ ਯਾਰ ਵੀ ਕੋਈ ਵੀ ਜੰਗ ਲੜੇ ਕੁਛ ਵੀ ਲੜੇ ਵੀ ਇਹਦਾ ਨਾ ਪੰਜ ਮਾਰਕਾ ਧਰਤਾ, ਇਹ ਪੰਜ ਮਾਰਕਾ ਹੀ ਕਰੂ। ਠੀਕ ਹੈ। ਉਹਦੀ ਫੌਜ ਨੂੰ ਤਨਖਾਹ ਵਧਾ ਤੂੰ। ਠੀਕ ਹੈ। ਫੌਜ ਦੀ ਇੱਕ ਟਕਾ ਤੀ, ਉਹਨੂੰ ਦੋ ਟਕੇ ਲਾ ਤੀ। ਠੀਕ ਹੈ। ਉਦੋਂ ਬਾਅਦ ਭਾਈ ਹੁਣ ਮੇਰੇ ਰਾਜਾ ਨੂੰ ਯਾਦ, ਉਹ ਰਾਜੇ ਨੇ ਕਹਿਤਾ ਵੀ ਮੈਂ ਤੇਰੇ ਨਾਲ ਜੰਗ ਲੜੂ, ਇਹ ਰਾਜੇ ਨੇ। ਠੀਕ ਹੈ। ਉਹ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਜੰਗ ਲੜਦੇ ਉਹ ਲੜਦੇ, ਫੌਜਾਂ ਫੌਜਾਂ ਸਾਰੀਆਂ ਕਮਾਂਡਰ ਫੌਜਾਂ ਤਿਆਰ ਕਰੇ। ਉਹ ਕਹਿੰਦਾ ਜੀ ਅਸੀਂ ਨਹੀਂ, ਜਿਹੜਾ ਤੁਹਾਡਾ ਪੰਜ ਮਾਰਕਾ ਉਹਦੇ ਨਾਲ ਲੜਦਾ ਉਹਨੂੰ ਤਿਆਰ ਕਰੋ। ਪੰਜ ਮਾਰਕੇ ਨੂੰ ਕਹਿੰਦੇ ਹਾਂ ਵੀ ਰਾਜਾ ਕਹਿੰਦਾ ਵੀ ਐਂ ਤੋਂ ਐਂ ਵੀ ਮਤਲਬ ਜੰਗ ਲੜਨਾ ਫਲਾਨੇ ਰਾਜੇ ਨੇ। ਪੰਜ ਮਾਰਕੇ ਲਾਗੇ ਭਾਈ ਮਰੋੜੇ ਵੀ ਜੰਗ ਲੜਨੀ ਆ, ਜੰਗ ਲੜਨੀ ਆ। ਉਹ ਕਹਿੰਦਾ ਵੀ ਕਿਵੇਂ, ਕਹਿੰਦੇ ਵੀ ਕੋਈ ਗੱਲ ਨਹੀਂ, ਕਹਿੰਦੇ ਜੀ ਪੰਜ ਮਾਰਕੇ ਨੂੰ ਪੰਜ ਟਕੇ ਤਨਖਾਹ ਦੇਣੇ, ਸਾਨੂੰ ਦੋ ਟਕੇ ਤਨਖਾਹ ਦੇਣੇ ਵੀ ਸਾਨੂੰ ਘੱਟ ਨੇ ਵੀ ਇਸ਼ਤਾ ਜੀ ਉਹ ਲੜੂਗਾ ਉਹਨੇ ਮਗਰ ਲੜਾਂਗੇ। ਹੁਣ ਪੰਜ ਮਾਰਕਾ ਕਹਿੰਦਾ ਮੈਂ ਬਣਾ ਦੂੰ ਬਰੋਲੇ ਅੰਦਰੋਂ ਲੜੀ ਜਾਵੇ ਤਰੋ ਜੀ। ਡੰਗ ਦਾ ਫੈਸਲਾ ਹੋ ਗਿਆ। ਪੰਜ ਮਾਰਕੇ ਨੂੰ ਕਹਿੰਦੇ ਹਾਂ ਵੀ ਦੱਸ। ਉਹ ਕਹਿੰਦਾ ਜੀ ਇੱਕ ਮੈਨੂੰ ਚੋਟੀ ਦਾ, ਠੀਕ ਹੈ ਜੀ, ਘੋੜਾ ਦੇ। ਉਸੇ ਪੰਜ ਮਾਰਕੇ ਨੂੰ ਭਾਈ ਫੇਰ ਘੋੜਾ ਦੇਤਾ ਚੋਟੀ ਦਾ। ਠੀਕ ਹੈ ਜੀ। ਹੁਣ ਆਸਲਾ ਫਸਲਾ ਜਿਹਦਾ ਚਲਾਉਣਾ ਦਾ ਹੋਵੇ ਤਾਂ ਮੰਗੇ, ਮੈਨੂੰ ਤਾਂ ਲੋੜ ਹੀ ਨਹੀਂ ਪਈ। ਉਹ ਘੋੜਾ ਕਦੇ ਪੰਜ ਕਰਮਾਂ ਜਦੋਂ ਜੰਗ ਛਿੜ ਗਈ, ਕਦੇ ਮੂਰ ਨੂੰ ਵਗ ਜਾਇਆ ਕਰੇ, ਕਦੇ ਮਗਰ ਨੂੰ ਹਟ ਜਾਇਆ ਕਰੇ। ਠੀਕ ਹੈ ਜੀ। ਜਦੋਂ ਪਤਾ ਹੀ ਨਹੀਂ ਭਾਈ ਉਹਨੂੰ, ਹਾਂਜੀ, ਉਹ ਲੜਦਾ ਲੜਦਾ ਹੁਣ ਨਾ ਘੋੜਿਆਂ ਦੇ ਮਤਲਬ ਵੀ ਪਾਉਂਦੇ ਰਹਿੰਦੇ ਨੇ ਸਾਰੇ, ਜਿਵੇਂ ਕਹਿੰਦੇ ਰਕਾਬ ਨਹੀਂ ਪਾਉਣੀ ਚਾਹੀਦੀ ਵਿੱਚ ਪੈਰ ਨਾ ਫਸ ਜੇ। ਹਾਂਜੀ। ਸਿਆਣਾ ਘੋੜਾ ਜਿਵੇਂ ਮਰਜ਼ੀ ਚੱਕੀ ਜਾਵੇ, ਸਿਆਣੇ ਬਜ਼ੁਰਗ ਬਹਿ ਜਾਂਦੇ ਨੇ ਰਕਾਬ 'ਤੇ ਪੈਰ ਰੱਖ ਕੇ, ਉਹ ਐਸਲੋਟ ਐਂ ਆ ਜਾਂਦੀ ਆ। ਠੀਕ ਹੈ ਜੀ। ਅਤੇ ਨਹੀਂ ਆਮ ਪਾਉਂਦੇ ਹੀ ਨਹੀਂ ਹੈਗੇ। ਠੀਕ ਹੈ। ਅਤੇ ਪੰਜ ਮਾਰ ਕੇ ਨਹੀਂ ਕਿਹਾ ਵੀ ਕੋਈ ਗੱਲ ਹੀ ਨਹੀਂ। ਉਹ ਭਾਈ ਕਿਤੇ ਪੰਜ ਮਾਰ ਕੇ ਨੇ ਰਕਾਬਾਂ ਪਾ ਲਈਆਂ, ਉਹੀ ਠੀਕ ਹੈ ਜਿਹੜੀਆਂ ਘੋੜਿਆਂ 'ਚ ਆਉਂਦੀਆਂ ਨੇ। ਠੀਕ ਹੈ ਜੀ। ਰਕਾਬਾਂ ਪਾਈਆਂ ਪਈਆਂ, ਜਦੋਂ ਪੰਜ ਮਾਰਕਾ ਉੱਤੇ ਬੈਠਣ ਲੱਗਿਆ ਰਕਾਬ 'ਤੇ ਐਂ ਪੈਰ ਧਰ ਕੇ ਉੱਤੋਂ ਤੜਕ ਗਿਆ। ਠੀਕ ਹੈ। ਹੁਣ ਪੰਜ ਮਾਰਕਾ ਦਾ ਬਰਾਬਰ ਘੀਛਿਆ ਗਿਆ, ਘੋੜੇ ਨੂੰ ਐਂ ਹੋ ਗਿਆ ਵੀ ਇਹ ਲੱਡੂ ਜਿਹਾ ਮੇਰੇ ਨਾਲ ਕੀ ਲਮਕਦਾ ਫਿਰਦਾ ਹੋ ਗਿਆ ਨਾ। ਭੱਜੇ ਜਾਂਦੇ ਨੇ ਘੋੜੀਆਂ ਵਿੱਚ, ਕਿੱਕਰ ਨੂੰ ਗਰਫੜੀ ਪਾ ਲਈ, ਜੜਾਂ 'ਚੋਂ ਕਿੱਕਰ ਕੱਢ ਲਈ, ਜੜਾਂ 'ਚੋਂ ਕਿੱਕਰ ਕੱਢੀ ਵੀ ਭਾਈ। ਹਾਂਜੀ। ਉੱਧਰ ਦੁਸ਼ਮਣਾਂ ਦੀਆਂ ਫੌਜਾਂ 'ਚ ਜਾ ਲੜਿਆ, ਜਾ ਬੜਿਆ, ਹੁਣ ਉਹ ਥੱਲੇ ਲੜਤੀਆਂ, ਕੁਛ ਕੁੰਡਿਆਂ 'ਚ ਫਸ ਗਈਆਂ, ਕੁਛ ਕਿਵੇਂ ਘੜੀਸਤੀਆਂ, ਕੁਛ ਕਿਵੇਂ ਕਰ ਗਈਆਂ, ਕੁਛ ਕਿਵੇਂ ਹੋ ਗਿਆ, ਕੁਛ ਨਾ ਹੋ ਗਿਆ। ਹਾਂਜੀ। ਉਹਨਾਂ ਨੇ ਕਿਹਾ ਵੀ ਇੱਕ ਤਾਂ ਜਰ ਹੋ ਜਾ ਜੀ ਤਾਂ ਇੱਕੋ ਹੀ ਆਇਆ, ਖਾਨੀ ਇੰਨੇ ਕਿੰਨੇ ਕਹਾਉਣਗੇ। ਹਾਂਜੀ। ਉਹਨਾਂ ਨੇ ਝੰਡੀ ਉਹਦੀ ਛੱਡਤੀ। ਠੀਕ ਹੈ।
ਕਹਿੰਦੇ ਵੀ ਅਸੀਂ ਹਾਰ ਗਏ ਇਹ ਰਾਜਾ ਜੀ ਐਂ ਬਣਿਆ ਸੀ ਰਾਜਾ ਜੀ ਐਂ ਬਣਿਆ ਜੀ ਭਾਈ ਰਾਜਾ ਪੰਜ ਮਾਰਤਾ ਠੀਕ ਹੈ ਜੀ।